ਤਾਂ ਨਗਰ ਨਿਗਮ ਚੋਣਾਂ ਦੇ ਦੌਰਾਨ ਜਿੱਥੇ ਕਈ ਪਾਰਟੀਆਂ ਦੇ ਵਿਚਾਲੇ ਝੜਪ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉੱਥੇ ਹੀ ਇੱਕ ਪੁਲਿਸ ਵਾਲੇ ਦੇ ਨਾਲ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਰਸਾ ਸਿੰਘ ਵਲਟੋਹਾ ਉਲਝ ਪਿਆ। ਸੱਚੋ ਸਰਬਜੀਤ ਸਿੰਘ ਨੇ ਇਹ ਇਲਜ਼ਾਮ ਲਗਾਏ ਇਕੱਠ ਕੀਤਾ ਹੋਇਆ ਤੁਸੀਂ ਅਤੇ ਇਸ ਦੇ ਚੱਲਦੇ ਹੀ ਕਿਹਾ ਗਿਆ ਕਿ ਚੋਣਾਂ ਦੇ ਦੌਰਾਨ ਤੁਸੀਂ ਇੰਨਾ ਜ਼ਿਆਦਾ ਭਾਰੀ ਇਕੱਠ ਨਹੀਂ ਕਰ ਸਕਦੇ। ਪਰ ਦੂਸਰੇ ਪਾਸੇ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਕਹਿਣਾ ਸੀ ਕਿ ਮੈਂ ਇੱਕ ਅਕਾਲੀ ਆਗੂ ਦੇ ਘਰ ਆਇਆ ਹੋਇਆਂ ਅਤੇ ਮੈਨੂੰ ਤੁਸੀਂ ਇਸ ਤਰ੍ਹਾਂ ਨਹੀਂ ਬੋਲ ਸਕਦੇ। ਅਤੇ ਝੜਪ ਇੰਨੀ ਜ਼ਿਆਦਾ ਵੱਧ ਗਈ, ਸ਼ਬਦੀ ਵਾਰ ਕੀਤੇ ਜਾ ਰਹੇ ਸਨ ਕਿ ਵਲਟੋਹਾ ਦੇ ਵੱਲੋਂ SHO ਨੂੰ ਧਮਕੀਆਂ ਤੱਕ ਦੇ ਦਿੱਤੀਆਂ ਗਈਆਂ। ਦੇਖੋ ਇਹ ਵੀਡੀਓ। बाबे दीप सिंह 2022 तू कि रहना थे? तू 14 तो बाद भजना। मेरी हाथ बन के बेनती है सरबजीत सिंह कर सर मेरी घर च बैठे यार क्यों कटिए दिखा दिखा दे मैं भाई तू इत दिखा दे मेरा मुंडा खड़ोता मैं तू दिखा दिखा 5 बजे तक क्या ਵਟਵਾ ਸਾਹਿਬ ਲੜੋ ਨਾ ਤੇ ਵੇਖੋ ਲੜਾਈ ਝਗੜਾ ਨਾ ਕੋਈ ਸਰ ਨਾ ਕਰੋ ਇੱਥੇ ਕੋਈ ਨੁਕਸਾਨ ਹੋ ਗਿਆ ਕੋਈ ਗੋਲੀਆਂ ਚਲਾਈਆਂ ਤੂੰ ਗੋਲੀਆਂ ਮਰਵਾਈਆਂ ਤੂੰ ਸਾਡੇ ਬੰਦਿਆਂ ਨੂੰ ਬਦਮਾਸ਼ੀ ਕਰਨਾ ਬਦਮਾਸ਼ੀ ਵਾਲੀ ਗੱਲ ਨੀ ਕੀ ਬਦਮਾਸ਼ੀ ਜੋ ਕੀਤੀ ਉਦੋਂ ਪਤਾ ਲੱਗੂ ਵੈਸੇ ਕੀਤੀ ਨੀ।